ਕਿਸੇ ਵੀ ਬੁਲੰਦੀ ਨੂੰ ਛੂਣ ਵੇ ਮਾਂ ਕਿਸਾਨ ਕਦੇ ਨਹੀਂ ਦੇ ਸਕਦਾ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇ। ਕਹਿੰਦੇ ਨੇ ਜਦੋਂ ਬੰਦਾ ਜਨਮ ਲੈਂਦਾ ਸਭ ਤੋਂ ਪਹਿਲਾ ਸ਼ਬਦ ਆ ਜਿਹੜਾ ਮੂੰਹ ਚੋਂ ਮਾਂ ਨਿਕਲਦਾ। ਮਾਵਾਂ ਠੰਡੀਆਂ ਛਾਵਾਂ ਕੌਣ ਕਰੇ, ਮਾਵਾਂ ਦੇ ਹਰਜ਼ਾਨੇ ਲੋਕੋ ਕੌਣ ਭਰੇ। ਸੋ ਮਾਂ ਦਾ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ। ਸਿਆਣੇ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਮਾਂ ਹੁੰਦੀ ਹੈ ਨਾ ਉੱਥੇ ਪਰਮਾਤਮਾ ਦਾ ਵਾਸਾ ਹੁੰਦਾ। ਬੜੇ ਭਾਗਾਂ ਵਾਲੇ ਬੰਦੇ ਹੁੰਦੇ ਨੇ ਜਿਹਨਾਂ ਨੂੰ ਮਾਵਾਂ ਦਾ ਪਿਆਰ ਮਿਲਦਾ। ਸੋ ਦੋ ਕੁ ਸੁਨੇਹੇ ਤੁਹਾਨੂੰ ਦੇਣ ਲੱਗਾ ਮੈਂ, ਇੰਡੀਆ ਤੋਂ ਲੈ ਕੇ ਆਇਆ। ਜਿਹਨਾਂ ਦੀਆਂ ਮਾਵਾਂ ਇੱਥੇ ਰਹਿੰਦੀਆਂ ਨੇ ਉਹ ਬੜੇ ਭਾਗਾਂ ਵਾਲੇ ਨੇ, ਜਿਹਨਾਂ ਦੀਆਂ ਪਿੱਛੇ ਬੈਠੀਆਂ ਨੇ ਉਹਨਾਂ ਦਾ ਸੁਨੇਹਾ ਤੁਹਾਨੂੰ ਦੇਣ ਲੱਗਾ। ਧਿਆਨ ਦਿਓ ਜ਼ਰਾ, ਦਿਖਾਓ ਜੀ ਪੈਰ ਦੀ। ਸੇਮ ਪਹਿਲਾਂ ਸਵੇਰ ਯਾਰ ਹੋਈ। ਹਾਂਜੀ ਹਾਂ ਸਰ, ਆ ਜਾਓ, ਕੋਈ ਗੱਲ ਨਹੀਂ। ਜਿਨ੍ਹਾਂ ਦੀਆਂ ਘਰ ਵਾਲੀਆਂ ਪਿੱਛੇ ਨੇ ਉਹਨਾਂ ਦਾ ਵੀ ਸੁਨੇਹਾ। ਉਹ ਪਰਦਾਂ ਦੇ ਗੱਲ ਟੱਲੀਆਂ ਟਣਕਦੀਆਂ ਟਣ ਟਣ ਚੇਤੇ ਕਰਦੀ ਆ, ਉਹ ਸੱਚ ਵੀ ਆਈਆਂ ਨਾਰਾ ਵੀ ਤੁਹਾਨੂੰ ਛਣ ਛਣ ਚੇਤੇ ਕਰਦੀ ਆ। ਹਾਏ ਹੌਲ ਕਾਲ ਜੇ ਪੈਂਦੇ, ਹੌਲ ਕਾਲ ਜੇ ਪੈਂਦੇ ਜਦ ਚੁਬਾਰੇ ਚੜ੍ਹਦੀਆਂ ਨੇ, ਉਹ ਵਿੱਚ ਪਰਦੇਸਾਂ ਵਸਣ ਵਾਲਿਓ, ਪਿੱਛੇ ਘਰ ਵਾਲੀਆਂ ਚੇਤੇ ਕਰਦੀਆਂ ਨੇ, ਤੁਹਾਨੂੰ ਘਰ ਵਾਲੀਆਂ ਚੇਤੇ ਕਰਦੀਆਂ ਨੇ। ਬੜੇ ਤੁਸੀਂ ਪਿਆਰ ਨਾਲ ਔਰ ਸਤਿਕਾਰ ਨਾਲ ਬੈਠੇ ਸਟੇਜ ਤੇ, ਮੈਨੂੰ ਥੋੜ੍ਹਾ ਜਿਹਾ ਮੈਂ ਦੇਖੀ ਜਾਂਦਾ ਵੀ ਪਿੱਛੇ ਡਿਗੜੂ ਗਿਆ ਜਾ, ਲਾਈਟ ਲੂਟ ਹੋਰ ਪਾ ਦੇ ਥੋੜ੍ਹੀ ਜਿਹੀ ਯਾਰ ਉੱਤੇ। ਸੋ ਮਾਂ ਹੀ ਕਹਿਣ ਲੱਗਾ ਸਾਰੀਆਂ ਮਾਵਾਂ ਨੂੰ ਡੈਡੀਕੇਟ ਆ ਕੀਤੀ, ਇੱਦਾਂ ਦੇ ਗੀਤਾਂ ਨੂੰ ਸੁਣਿਆ ਕਰੋ ਔਰ ਸ਼ੇਅਰ ਕਰਿਆ ਕਰੋ, ਨਹੀਂ ਤਾਂ ਬੜਾ ਫਾਸਟ ਜ਼ਮਾਨਾ ਅੱਜ ਕੱਲ੍ਹ ਬੰਦਾ ਫਟਾਫਟ ਅੱਗੇ ਨਿਕਲਣਾ ਚਾਹੁੰਦਾ। ਤੁਹਾਨੂੰ ਮਜ਼ਾ ਆਊਗਾ ਸੁਣ ਕੇ, ਇੱਕ ਬੋਲ ਸੁਣਨ ਵਾਲਾ ਗੀਤ ਦਾ ਧਿਆਨ ਦਿਓ ਜ਼ਰਾ, ਬਸ ਇੱਕ ਇੱਕ ਸ਼ਬਦ ਸੁਣਨ ਵਾਲਾ।
रब फेर के मुंह